ਤੁਹਾਡੀ ਸੇਵਾ ਵਿੱਚ ਮੈਂ ਹਾਂ ਸਤਪਾਲ ਸਿੰਘ ਜੌਲ ਤੇ ਪੇਸ਼ ਕਰਦੇ ਹਾਂ ਕੁਝ ਖਬਰਾਂ। ਬਰਤਾਨੀਆ ਦੀ ਰਾਜਧਾਨੀ ਲੰਡਨ ਵਿਖੇ ਸਾਊਥ ਹਾਲ ਸਥਿਤ ਗੁਰਦੁਆਰਾ ਮੀਰੀ ਪੀਰੀ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਠੰਡੀ ਜੰਗ ਹੁਣ ਕਾਫੀ ਗਰਮ ਹੋ ਚੁੱਕੀ ਦੱਸੀ ਜਾਂਦੀ ਹੈ। ਇਸ ਵਿੱਚ ਮੁੱਖ ਤੌਰ ਤੇ ਸੋਹਣ ਸਿੰਘ ਢੇਸੀ ਤੇ ਜਸਵੰਤ ਸਿੰਘ ਠੇਕੇਦਾਰ ਆਮੋ ਸਾਹਮਣੇ ਦੱਸੇ ਜਾਂਦੇ ਨੇ। ਪਤਾ ਲੱਗਾ ਕਿ ਸਰਦਾਰ ਠੇਕੇਦਾਰ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਸਮੇਤ ਸਾਰੇ ਤਾਲੇ ਬਦਲ ਦਿੱਤੇ ਨੇ। ਗੁਰਦੁਆਰਾ ਸਾਹਿਬ ਵਿੱਚ ਮਾਇਆ ਨੂੰ ਲੈ ਕੇ ਵੱਡਾ ਕਪੜਾ ਹੋਇਆ ਦੱਸਿਆ ਜਾਂਦਾ ਹੈ। ਇਸ ਬਾਰੇ ਸਰਦਾਰ ਠੇਕੇਦਾਰ ਨੇ ਕਿਹਾ ਕਿ ਇਹ ਕੋਈ ਖਾਸ ਗੱਲ ਨਹੀਂ ਹੈ, ਜਦੋਂ ਕਮੇਟੀ ਬਦਲਦੀ ਆ ਤਾਂ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਨੇ, ਕੁਝ ਦਿਨਾਂ ਬਾਅਦ ਸਾਰਾ ਕੁਝ ਠੀਕ ਠਾਕ ਹੋ ਜਾਏਗਾ। ਉਹਨਾਂ ਨੇ ਦੋਸ਼ ਲਗਾਇਆ ਕਿ ਗੁਰਦੁਆਰਾ ਸਾਹਿਬ ਦੀ ਮਾਇਆ ਦੀ ਦੁਰਵਰਤੋਂ ਹੋਈ ਹੈ ਅਤੇ 3-4 ਲੱਖ ਪੌਂਡ ਦੇ ਹਿਸਾਬ ਵਿੱਚ ਹੇਰਾਫੇਰੀ ਹੋਈ ਹੈ, ਜਿਸ ਸੰਬੰਧੀ ਕਾਨੂੰਨੀ ਨੋਟਿਸ ਭੇਜੇ ਜਾ ਚੁੱਕੇ ਨੇ। ਇਸ ਬਾਰੇ ਅਸੀਂ ਇੰਗਲੈਂਡ ਵਿੱਚ ਸਰਦਾਰ ਮਨਪ੍ਰੀਤ ਸਿੰਘ ਬਦਨੀ ਕਲਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਕਰਦੇ ਹਾਂ ਮਨਪ੍ਰੀਤ ਬਦਨੀ ਕਲਾਂ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ। ਧੰਨਵਾਦ ਜੀ। ਅੱਛਾ, ਇਹ ਦੱਸੋਗੇ ਕਿ ਇਹ ਢੇਸੀ ਅਤੇ ਠੇਕੇਦਾਰ ਧੜਿਆਂ ਦੇ ਵਿਚਕਾਰ ਜੋ ਇਹ ਮੀਰੀ ਪੀਰੀ ਗੁਰਦੁਆਰਾ ਸਾਹਿਬ ਦਾ ਵਿਵਾਦ ਹੈ, ਇਹ ਕੀ ਮਸਲਾ ਜੀ? ਸਾਊਥ ਹਾਲ ਦੇ ਵਿੱਚ ਜੇ ਦੇਖਿਆ ਜਾਏ ਤੇ ਬਹੁਤ ਜ਼ਿਆਦਾ ਗੁਰਦੁਆਰੇ ਮੇਰੇ ਖਿਆਲ ਜੇ ਟੋਟਲ ਗਿਣਤੀ ਜੇ ਕਰੀਏ ਤਾਂ ਮੇਰੇ ਖਿਆਲ ਘੱਟੋ ਘੱਟ 10-10 ਗੁਰਦੁਆਰੇ ਹੋਣਗੇ ਛੋਟੇ ਮੋਟੇ ਜੀ। ਅੱਛਾ ਜੀ। ਇਹ ਗੁਰਦੁਆਰਾ ਜਿਹੜਾ ਸਾਊਥ ਹਾਲ ਦਾ ਦਿਲ ਜਿਹਨੂੰ ਜਾਣਿਆ ਜਾਂਦਾ, ਜਿਹਨੂੰ ਆਮ ਤੌਰ ਤੇ ਮਿੰਨੀ ਪੰਜਾਬ ਜਾਂ ਲੁਧਿਆਣਾ ਦਾ ਮੀਨਾ ਬਾਜ਼ਾਰ ਕਰਕੇ ਵੀ ਜਾਣਿਆ ਜਾਂਦਾ, ਬਰੋਡਵੇ ਹੈ, ਉਸ ਦੇ ਉੱਤੇ ਸਥਿਤ ਹੈ ਗੁਰਦੁਆਰਾ ਮੀਰੀ ਪੀਰੀ ਸਾਹਿਬ। ਉਹਦੇ ਜਿਹੜੇ ਪ੍ਰਬੰਧ ਹੈ, ਚਾਹੇ ਕਿ ਜਸਵੰਤ ਸਿੰਘ ਠੇਕੇਦਾਰ ਤੇ ਦੂਸਰੇ ਪਾਸੇ ਸੋਹਣ ਸਿੰਘ ਢੇਸੀ ਤੇ ਇਹਨਾਂ ਨਾਲ ਇੱਕ ਹੋਰ ਨੇ ਸੱਜਣ ਮਹਿੰਦਰ ਸਿੰਘ ਰਥੌਰ, ਤੇ ਇਹਨਾਂ ਦਾ ਕੋਈ ਆਪਸ ਵਿੱਚ ਜਿਹੜਾ ਕੋਈ ਝਗੜਾ ਚੱਲਿਆ, ਇੱਕ ਜਾਂ ਇੱਕ ਪੈਰ ਦੂਜੇ ਤੇ ਇਲਜ਼ਾਮ ਲਾ ਰਹੀ ਹੈ ਕਿ ਉਹਨੇ ਕਪਲਾ ਕੀਤਾ, ਦੂਜੀ ਤੇ ਦੂਜੇ ਤੇ ਇਲਜ਼ਾਮ ਲਾ ਰਹੀ ਹੈ ਕਿ ਉਹਨੇ ਕਪਲਾ ਕੀਤਾ, ਤੇ ਸੋਹਣ ਸਿੰਘ ਢੇਸੀ ਕਹਿ ਰਿਹਾ ਕਿ ਜਿਹੜੀ ਇਹਦੀ ਲੈਂਡ ਰਜਿਸਟਰੀ ਆ ਉਹ ਕਹਿੰਦਾ ਵੀ ਮੇਰੇ ਨਾਂ ਤੇ ਆ, ਤੇ ਦੂਸਰੇ ਪਾਸੇ ਜਿਹੜਾ ਜਸਵੰਤ ਸਿੰਘ ਠੇਕੇਦਾਰ ਕਹਿ ਰਹੇ ਆ ਕਿ ਇਹਨਾਂ ਨੇ ਜਿਹੜਾ 3-4 ਲੱਖ ਦਾ ਪੌਂਡ ਦਾ ਜਿਹੜਾ ਹਿਸਾਬ ਕਿਤਾਬ ਆ ਉਹ ਅੱਗੇ ਪਿੱਛੇ ਹੋ ਰਿਹਾ ਤੇ ਉਹ ਦੇ ਨਹੀਂ ਰਹੇ। ਇਹ ਮਨਪ੍ਰੀਤ ਜੀ, ਤੁਸੀਂ ਖਬਰ ਦੇ ਵਿੱਚ ਇਹ ਬੜੀ ਕਮਾਲ ਦੀ ਗੱਲ ਦੱਸੀ ਹੈ ਕਿ ਜਿਹੜਾ 3-4 ਲੱਖ ਪੌਂਡ ਦਾ ਇਹ ਕਪਲਾ ਕੋਈ ਛੋਟੀ ਰਕਮ ਨਹੀਂ ਹੈ, ਸੰਗਤ ਦੀ ਸਾਰੀ ਮਾਇਆ, ਪਰ ਜਿਸ ਤਰੀਕੇ ਦੇ ਨਾਲ ਸਰਦਾਰ ਠੇਕੇਦਾਰ ਹੁਣੀ ਕਹਿ ਰਹੇ ਆ ਜੀ ਕਿ ਆਮ ਗੱਲ ਹੈ, ਥੋੜੇ ਦਿਨਾਂ ਤੱਕ ਇਹ ਸੈਟਲ ਹੋ ਜਾਏਗਾ ਸਾਰਾ ਕੁਝ, ਸ਼ਿਕਾਇਤ ਮਿਲੀ ਹੈ 3-4 ਲੱਖ ਦਾ ਇਹ ਪੌਂਡ ਦੀ ਹੇਰਾਫੇਰੀ ਦੀ, ਸੋ ਇਹਨਾਂ ਲਾਈਟਲੀ ਕਿਉਂ ਲਿਆ ਜਾ ਰਿਹਾ ਇਹਨਾਂ ਵੱਲੋਂ ਜੀ ਇੰਨੇ ਵੱਡੇ ਕਪੜੇ ਨੂੰ? ਇਹੀ ਤੇ ਜਿਹੜੀ ਜਿਹੜੀ ਗੱਲ ਜਿਹੜੀ ਉਹ ਇੱਕ ਬੁਝਾਰਤ ਬਣੀ ਹੋਈ ਹੈ, ਕਿਉਂਕਿ ਉਹਨਾਂ ਮੁਤਾਬਕ ਇਹ ਆ ਵੀ ਜਿਹੜਾ ਇਹ ਰੌਲਾ ਪੈਂਦਾ ਜਦੋਂ ਕਮੇਟੀ ਬਦਲਦੀ ਆ ਉਹ ਹੁੰਦੀ ਹੈ, ਲੇਕਿਨ ਕਮੇਟੀ ਜਿਹੜੀ ਆ ਉਹ ਜਿਹੜੀ ਜਦੋਂ ਦਾ ਮੇਰੇ ਖਿਆਲ ਗੁਰਦੁਆਰਾ ਬਣਿਆ ਹੈਗਾ, ਮੇਰੇ ਖਿਆਲ ਇਸ ਤਰ੍ਹਾਂ ਕਮੇਟੀ ਦੀ ਅਦਲਾ ਬਦਲੀ ਨਹੀਂ ਹੋਈ, ਕਿਉਂਕਿ ਇਹ ਜਿਹੜਾ ਗੁਰਦੁਆਰਾ ਹੈਗਾ ਆਮ ਤੌਰ ਤੇ ਇਹਨੂੰ ਇੱਕ ਜਿਹੜਾ ਵੀ ਉਹ ਇਹਨਾਂ ਥੋੜੇ ਜਿਹੇ ਸੱਜਣਾਂ ਦਾ ਜਿਹੜਾ ਗੁਰਦੁਆਰਾ ਕਿਹਾ ਜਾ ਰਿਹਾ ਹੈਗਾ, ਜਾਣੀ ਕਿ ਇੱਥੇ ਕੋਈ ਇਲੈਕਸ਼ਨ ਨਹੀਂ ਹੁੰਦੀ ਕਦੇ ਦੇਖੀ ਜਾਂ ਇਹਦਾ ਕੋਈ ਪ੍ਰਾਸੀਨ, ਇਹ ਜਦੋਂ ਦਾ ਗੁਰਦੁਆਰਾ ਬਣਿਆ ਉਦੋਂ ਤੋਂ ਲੈ ਕੇ ਇਹੀ ਜਿਹੜੇ ਕੁਝ ਸੱਜਣ ਹੈਗੇ ਆ ਜਿਹੜੇ ਇਹਦੇ ਵਿੱਚ ਇਨਵੋਲਵ ਹੈਗੇ ਆ, ਤੇ ਅਜੇ ਤੱਕ ਅਦਾਲਤ ਵਿੱਚ ਤਾਂ ਨਹੀਂ ਗਿਆ ਕੋਈ ਧੜਾ ਵਕੀਲਾਂ ਨੂੰ ਪੈਸੇ ਦੇਣ ਦੇ ਵਿੱਚ? ਦੋਨਾਂ ਧਿਰਾਂ ਨੇ ਦਾਅਵਾ ਕੀਤਾ ਹੈਗਾ ਵੀ ਇਹ ਕੇਸ ਜਿਹੜਾ ਅਦਾਲਤ ਦੇ ਵਿੱਚ ਚਲਾ ਗਿਆ ਹੈਗਾ, ਲੇਕਿਨ ਅਦਾਲਤ ਵੱਲੋਂ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਏਡੀ ਫਾਸਟ ਤਾਂ ਨਹੀਂ ਹੁੰਦੀਆਂ ਕਿ ਹੁਣ ਇਹ ਅਦਾਲਤ ਦਾ ਚੱਕਰ ਮੋਹਰੇ ਆਜੂਗਾ, ਕਿਉਂਕਿ ਇਹਨਾਂ ਦੀ ਜੋ ਠੰਡੀ ਜੰਗ ਸੀ ਉਹ ਕਾਫੀ ਦੇਰ ਤੋਂ ਚੱਲੀ ਜਾਂਦੀ ਸੀ ਇੰਨੀ, ਲੇਕਿਨ ਲੋਕਾਂ ਦੇ ਵਿੱਚ ਉੱਭਰ ਕੇ ਸਾਹਮਣੇ ਨਹੀਂ ਸੀ ਆਉਂਦੀ। ਤੇ ਵਕੀਲਾਂ ਨੂੰ ਪੈਸੇ ਕੌਣ ਦੇ ਰਿਹਾ ਜੀ? ਆਈ ਆ ਜਦੋਂ ਜੇ ਸੋਹਣ ਸਿੰਘ ਢੇਸੀ ਆ ਉਹਨਾਂ ਦੀ ਰਹਿਸ਼ ਵੀ ਉੱਥੇ ਗੁਰਦੁਆਰਾ ਸਾਹਿਬ ਦੇ ਕੋਲੇ ਹੀ ਇੱਕ ਪਾਸੇ। ਅੱਛਾ, ਇਹ ਉਹਨਾਂ ਨੇ ਜਦੋਂ ਕੀਤਾ ਕਿ ਰਾਤ ਨੂੰ ਉਹਨਾਂ ਤੇ ਕਿਸੇ ਨੇ ਹਮਲਾ ਕੀਤਾ ਤੇ ਉਸ ਵਿਅਕਤੀ ਨੂੰ ਬਾਅਦ ਪੁਲਿਸ ਨੇ ਆ ਕੇ ਫੜਿਆ ਵੀ ਆ, ਤੇ ਜਿਹੜੀ ਦੂਜੀ ਧਿਰਾ ਉਹਨੂੰ ਇੱਕ ਡਰਾਮੇਬਾਜ਼ੀ ਕਹਿ ਰਹੀ ਆ, ਤੇ ਜਦੋਂ ਆਮ ਸੰਗਤ ਜਿਹੜੀ ਆ ਉਹ 6-5 ਦੇ ਵਿੱਚ ਹੀ ਆ ਵੀ ਇਹ ਇਹ ਮਸਲਾ ਇਹ ਹੈ ਕੀ ਆ। ਅੱਛਾ, ਇਹ ਅਦਾਲਤ ਵਿੱਚ ਜਿਹੜਾ ਕੇਸ ਗਿਆ ਹੋਇਆ ਤੇ ਵਕੀਲਾਂ ਦੇ ਪੈਸੇ ਇਹ ਗੋਲਕ ਵਿੱਚੋਂ ਜਾ ਰਹੇ ਆ ਕਿ ਕੌਣ ਦੇ ਰਿਹਾ ਜੀ? ਮੇਰਾ ਖਿਆਲ ਇੱਥੇ ਮੈਂ ਇੱਕ ਗੱਲ ਕਲੀਅਰ ਕਰਾਂ ਕਿ ਇਹ ਜਿਹੜਾ ਗੁਰਦੁਆਰਾ ਇਹ ਗੁਰਦੁਆਰਾ ਆਮ ਸੰਗਤ ਦਾ ਵੱਲੋਂ ਬਣਾਇਆ ਗਿਆ ਨਹੀਂ ਹੈ। ਅੱਛਾ ਜੀ। ਇੱਕ ਤਾਂ ਗੁਰਦੁਆਰਾ ਹੁੰਦਾ ਜਿਹੜਾ ਆਮ ਸੰਗਤ ਨੇ ਜਿਹੜਾ ਉਹ ਇਕੱਠਾ ਕਰਕੇ ਆਉਂਦਾ, ਇਹ ਜਿਹੜੇ ਗੁਰਦੁਆਰਾ ਇਹ ਜਦੋਂ ਦਾ ਮੇਰਾ ਖਿਆਲ ਜਦੋਂ ਦਾ ਬਣਿਆ ਵਾ, ਕਿਉਂਕਿ ਮੇਰੇ ਇੱਥੇ ਹੁਣ ਤੋਂ ਪਹਿਲਾਂ ਦਾ ਇਸ ਜਗ੍ਹਾ ਸਾਊਥ ਵਾਲਾ ਹੁਣ ਤੋਂ ਪਹਿਲਾਂ ਦਾ ਬਣਿਆ ਹੋਇਆ, ਲੇਕਿਨ ਸੁਣਨ ਦੇ ਵਿੱਚ ਆਇਆ ਜਿਹੜਾ ਇਹ ਗੁਰਦੁਆਰਾ ਹੈਗਾ ਇਹ ਕੁਝ ਲੋਕਾਂ ਵੱਲੋਂ ਜਿਹੜੇ ਉਪਰਾਲੇ ਕਰਕੇ ਜਿਹੜਾ ਬਣਾਇਆ ਸੀਗਾ, ਇਹਦੀ ਜਿਵੇਂ ਕਮੇਟੀ ਦੀ ਚੋਣ ਮੈਂ ਅੱਜ ਤੱਕ ਹੁੰਦੀ ਜਾਂ ਕਦੇ ਇੱਦਾਂ ਦਾ ਵਾਦ ਵਿਵਾਦ ਨਹੀਂ ਸੀਗਾ ਵੀ ਇਹਦੀ ਚੋਣ ਕਦੋਂ ਹੁੰਦੀ ਆ, ਇਹਦਾ ਪ੍ਰਧਾਨ ਕੌਣ ਆ, ਇਹ ਨਹੀਂ, ਇਹ ਸਿਰਫ ਇਹ 4-5 ਬੰਦੇ ਜਿਹੜੇ ਹੈਗੇ ਆ 3-4 ਬੰਦੇ ਇਹੀ ਇਸ ਦੇ ਪ੍ਰਬੰਧ ਦੀ ਦੇਖ ਰੇਖ ਜਿਹੜੀ ਉਹ ਕਰਦੇ ਆ। ਸੋ ਸੰਗਤ ਮਾਇਆ ਸੰਗਤ ਦੀ ਆ ਤੇ ਪ੍ਰਬੰਧ ਕਿਸੇ ਹੋਰ ਦਾ ਹੈ? ਇਹ ਤੁਸੀਂ ਦੱਸਿਆ ਜੀ ਕਿ ਜਿਸ ਤਰ੍ਹਾਂ ਇਹ ਲੰਡਨ ਸ਼ਹਿਰ ਦੇ ਵਿੱਚ ਪੰਜਾਬੀਆਂ ਦਾ ਗੜ੍ਹ ਹੈ, ਬਹੁਤ ਜ਼ਿਆਦਾ ਗੁਰਦੁਆਰੇ ਨੇ, ਬਾਕੀਆਂ ਦੇ ਵਿੱਚ ਸ਼ਾਂਤੀ ਹੈ? ਹਾਂ, ਬਾਕੀਆਂ ਦੇ ਵਿੱਚ ਤਾਂ ਹਾਲ ਦੀ ਘੜੀ ਦਾ ਸ਼ਾਂਤੀ ਹੈ, ਬਾਕੀ ਜਿਹੜੇ ਉਹ ਤੁਹਾਨੂੰ ਪਤਾ ਗੁਰਦੁਆਰੇ ਪ੍ਰਬੰਧ ਨੂੰ ਲੈ ਕੇ ਤਾਂ ਕਿਸੇ ਵੇਲੇ ਵੀ ਕਦੋਂ ਵਿਵਾਦ ਉੱਠ ਕਰਨਾ,
ਇਹ ਅੱਜ ਕੱਲ੍ਹ ਜਿਹੜੇ ਆ ਉਹ ਸਾਡੀ ਕੌਮ ਦੀ ਇੱਕ ਬਦਕਿਸਮਤੀ ਆ ਤੇ ਜਿਹੜੀ ਕੋਈ ਪਤਾ ਨਹੀਂ ਕਿਹੜੇ ਗੁਰਦੁਆਰੇ ਚ ਕਦੋਂ ਹੋ ਜਾਣਾ ਕਿਉਂਕਿ ਪ੍ਰਬੰਧ ਨੂੰ ਲੈ ਕੇ ਬਹੁਤ ਹੀ ਜਿਹੜੀਆਂ ਜਿਹੜੀਆਂ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਆ ਕੰਪਲੇਂਟਾਂ ਆਉਂਦੀਆਂ ਹੈਗੀਆਂ ਇਸੇ ਤਰ੍ਹਾਂ ਜਿਹੜਾ ਸਾਡੇ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਹੈ ਉਹ ਵੀ ਇੱਕ ਬਹੁਤ ਵੱਡੀ ਜਿਹੜੀ ਆ ਉਹ ਸੰਸਥਾ ਤੇ ਉਹ ਪਿੱਛੇ ਹੁਣ ਉਹਦੇ ਵੀ ਜਿਹੜੀ ਆ ਪਾਰਕਿੰਗ ਆ ਉਹ ਰੇਲਵੇ ਤੋਂ ਜਿਹੜੀ ਆ ਉਹ ਬਾਹਰੋਂ ਕੀਤੀ ਗਈ ਸੀਗੀ ਉਹ ਰੇਲਵੇ ਇੱਥੇ ਹੁਣ ਇੱਕ ਵੱਡੀ ਜਿਹੜੀ ਆ ਲਾਈਨ ਬਣ ਲੱਗੀ ਹੈ ਉਹਦੇ ਵਿੱਚ ਉਹਦੇ ਆਉਣ ਦੇ ਕਰਕੇ ਉਹਦਾ ਵੀ ਇੱਕ ਨਵਾਂ ਜਿਹੜਾ ਹੁਣ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਹੋਣਾ ਉਹ ਵੀ ਥੋੜਾ ਜਿਹਾ ਆਮ ਲੋਕਾਂ ਦੇ ਵਿੱਚ ਵਿਵਾਦ ਜਿਹਾ ਪੈਦਾ ਹੋ ਰਿਹਾ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਮਾਂ ਕੱਢਿਆ ਔਰ ਮੀਰੀ ਪੀਰੀ ਦਿਵਸ ਤੇ ਮੀਰੀ ਪੀਰੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵਿਵਾਦ ਚੱਲ ਰਿਹਾ ਬੜੇ ਅਫਸੋਸ ਦੀ ਗੱਲ ਹੈ ਪਰ ਫਿਰ ਵੀ ਮੀਰੀ ਪੀਰੀ ਦਿਵਸ ਤੇ ਤੁਹਾਨੂੰ ਅਸੀਂ ਇੰਗਲੈਂਡ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਆਖਦੇ ਹਾਂ। ਪ੍ਰੋਗਰਾਮ ਲਈ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ। ਥੈਂਕ ਯੂ ਧੰਨਵਾਦ ਜੀ ਬਹੁਤ ਮਿਹਰਬਾਨੀ। ਇਹ ਤੇ ਸਨ ਮਨਪ੍ਰੀਤ ਸਿੰਘ ਬਦਨੀ ਕਲਾਂ ਬਰਤਾਨੀਆ ਤੋਂ ਸਾਡੇ ਪ੍ਰੋਗਰਾਮ 'ਚ ਪੇਸ਼ ਹੋ ਰਹੇ ਸਨ। ਟੋਰਾਂਟੋ ਦੇ ਮੇਅਰ ਰੌਬ ਫੋਰਡ ਨੇ ਉਹਨਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਆਖਿਆ ਕਿ ਉਹ ਸ਼ਹਿਰ ਦੇ ਕੰਮ ਨੂੰ ਪੂਰਾ ਸਮਾਂ ਦੇ ਰਹੇ ਨੇ। ਇੱਕ ਵਿਰੋਧੀ ਸਿਟੀ ਕੌਂਸਲਰ ਨੂੰ ਜਵਾਬ ਦਿੰਦਿਆਂ ਫੋਰਡ ਨੇ ਆਖਿਆ ਕਿ ਸਿਟੀ ਕੌਂਸਲ ਦਾ ਕੰਮ ਪਾਰਟ ਟਾਈਮ ਕੰਮ ਕਰਕੇ ਚਲਾਇਆ ਹੀ ਨਹੀਂ ਜਾ ਸਕਦਾ। ਕੈਨੇਡਾ ਦੇ ਅੰਤਰਰਾਸ਼ਟਰੀ ਤਾਲਮੇਲ ਮੰਤਰੀ ਬੇਵ ਓਡਾ ਦੇ ਅਸਤੀਫਾ ਦੇਣ ਤੋਂ 24 ਘੰਟਿਆਂ ਬਾਅਦ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਵੱਲੋਂ ਜੂਲੀਅਨ ਫੰਟੀਨੋ ਨੂੰ ਓਡਾ ਵਾਲਾ ਵਿਭਾਗ ਸੌਂਪ ਦਿੱਤਾ ਗਿਆ ਸੀ। ਫੰਟੀਨੋ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਮੰਤਰਾਲੇ ਦਾ ਚਾਰਜ ਵੀ ਸੰਭਾਲ ਲਿਆ। ਹਾਰਪਰ ਨੇ ਹੁਣ ਸਪਸ਼ਟ ਕੀਤਾ ਕਿ ਮੰਤਰੀ ਮੰਡਲ ਵਿੱਚ 2013 ਦੇ ਅੱਧ ਤੱਕ ਫੇਰ ਬਦਲ ਕਰਨ ਦੀ ਲੋੜ ਨਹੀਂ ਹੈ। ਟੋਰਾਂਟੋ ਸ਼ਹਿਰ ਦੇ ਡਾਊਨਟਾਊਨ ਇਲਾਕੇ ਵਿੱਚ ਬੀਤੇ ਕੱਲ੍ਹ ਦੀ ਰਾਤ ਨੂੰ ਬਿਜਲੀ ਬੰਦ ਹੋਣ ਨਾਲ ਹਜ਼ਾਰਾਂ ਵਪਾਰਕ ਅਦਾਰੇ ਅਤੇ ਕੁਝ ਰਿਹਾਇਸ਼ੀ ਇਲਾਕਿਆਂ ਦੇ ਲੋਕਾਂ ਨੂੰ ਮੋਮਬੱਤੀਆਂ ਜਗਾਉਣੀਆਂ ਪਈਆਂ। ਕਿਸੇ ਨਾਮਾਲੂਮ ਕਾਰਨ ਕਰਕੇ ਹੋਇਆ ਬਲੈਕਆਊਟ ਅੱਧੀ ਰਾਤ ਤੋਂ ਬਾਅਦ ਤੱਕ ਵੀ ਜਾਰੀ ਰਿਹਾ ਅਤੇ ਸਮੁੱਚੇ ਡਾਊਨਟਾਊਨ ਵਿੱਚ ਸਵੇਰ ਦੇ 4 ਵਜੇ ਤੱਕ ਹੀ ਬਿਜਲੀ ਦੀ ਸਪਲਾਈ ਮੋਰ ਬਹਾਲ ਕੀਤੀ ਜਾ ਸਕੀ। ਡਰਾਈਵਿੰਗ ਕਰਦਿਆਂ ਸੈੱਲਫੋਨ ਵਰਤਣ ਬਾਰੇ ਓਨਟੈਰੀਓ ਸੁਪੀਰੀਅਰ ਕੋਰਟ ਦਾ ਇੱਕ ਦਿਲਚਸਪ ਫੈਸਲਾ ਆਇਆ ਜਿਸ ਨਾਲ ਸੈੱਲਫੋਨ ਕਾਰਨ ਚਾਰਜ ਹੁੰਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਹਾਈਵੇ ਟ੍ਰੈਫਿਕ ਐਕਟ ਤਹਿਤ ਓਸ਼ਵਾ ਵਾਸੀ ਇੱਕ ਔਰਤ ਨੂੰ 2010 ਵਿੱਚ ਟੋਰਾਂਟੋ ਵਿਖੇ ਪੁਲਿਸ ਵੱਲੋਂ ਟਿਕਟ ਦਿੱਤੀ ਗਈ ਸੀ। ਚਲਾਨ ਕੱਟੇ ਜਾਣ ਵੇਲੇ ਔਰਤ ਦੀ ਕਾਰ ਡੌਨਵੈਲੀ ਪਾਰਕਵੇ ਦੇ ਐਗਜ਼ਿਟ 'ਤੇ ਲਾਲ ਬੱਤੀ ਵਾਲੇ ਇੱਕ ਚੌਂਕ ਵਿੱਚ ਖੜ੍ਹੀ ਸੀ ਅਤੇ ਉਸ ਨੇ ਪੈਰਾਂ ਹੇਠ ਡਿੱਗੇ ਸੈੱਲਫੋਨ ਉਠਾ ਕੇ ਫੜਿਆ ਹੋਇਆ ਸੀ। ਸੈੱਲਫੋਨ ਹੱਥ ਵਿੱਚ ਹੋਣ ਕਰਕੇ ਪੁਲਿਸ ਵਾਲੇ ਨੇ ਉਸ ਨੂੰ $200 ਦਾ ਜੁਰਮਾਨਾ ਕੀਤਾ ਜਿਸ ਨੂੰ ਜਸਟਿਸ ਆਫ ਪੀਸ ਵੱਲੋਂ ਵੀ ਜਾਇਜ਼ ਠਹਿਰਾਇਆ ਗਿਆ। ਹੁਣ ਅਪੀਲ ਦੀ ਸੁਣਵਾਈ ਕਰਦਿਆਂ ਸੁਪੀਰੀਅਰ ਕੋਰਟ ਦੇ ਜੱਜ ਵੱਲੋਂ ਹੇਠਲੀ ਅਦਾਲਤ ਦਾ ਫੈਸਲਾ ਪਲਟ ਦਿੱਤਾ ਗਿਆ ਜਿਸ ਅਨੁਸਾਰ ਲਾਲ ਬੱਤੀ 'ਤੇ ਖੜ੍ਹੀ ਗੱਡੀ ਵਿੱਚ ਫਰਸ਼ 'ਤੇ ਡਿੱਗਿਆ ਫੋਨ ਚੁੱਕਣਾ ਕੋਈ ਜੁਰਮ ਨਹੀਂ ਹੈ। ਟੋਰਾਂਟੋ ਵਿੱਚ ਬੀਤੇ ਕੁਝ ਦਿਨਾਂ ਤੋਂ ਘਰਾਂ ਅਤੇ ਅਪਾਰਟਮੈਂਟਾਂ ਵਿੱਚ ਨਸ਼ੀਲੀਆਂ ਗੋਲੀਆਂ ਬਣਾਉਣ ਦਾ ਸਾਜ਼ੋ ਸਮਾਨ ਪਕੜਿਆ ਜਾ ਰਿਹਾ ਹੈ। ਇੱਕ ਤਾਜ਼ਾ ਘਟਨਾ ਵਿੱਚ ਬੋਰੋ ਡਰਾਈਵ 'ਤੇ ਸਥਿਤ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਪਾਣੀ ਲੀਕ ਕਰਨ 'ਤੇ ਪੁਲਿਸ ਨੂੰ ਨਸ਼ੇ ਦੀਆਂ ਗੋਲੀਆਂ ਬਣਾਉਣ ਦੇ ਸਕੈਂਡਲ ਦਾ ਪਤਾ ਲੱਗਾ ਜਿਸ ਦਾ ਜਾਲ ਬਿਲਡਿੰਗ ਦੇ ਕਈ ਅਪਾਰਟਮੈਂਟਾਂ ਵਿੱਚ ਵਿਛਿਆ ਹੋਇਆ ਸੀ। ਮੌਕੇ 'ਤੇ ਘਿਰੇ ਇੱਕ ਸ਼ੱਕੀ ਨੇ ਗ੍ਰਿਫਤਾਰੀ ਤੋਂ ਬਚਣ ਲਈ ਬਿਲਡਿੰਗ ਦੀ 30ਵੀਂ ਮੰਜ਼ਿਲ ਤੋਂ ਹੇਠਲੇ ਅਪਾਰਟਮੈਂਟ ਵਿੱਚ ਛਾਲ ਮਾਰ ਦਿੱਤੀ ਪਰ ਪੁਲਿਸ ਦੀ ਗ੍ਰਿਫਤਾਰ ਤੋਂ ਉਹ ਬਚ ਨਾ ਸਕਿਆ। ਪੁਲਿਸ ਅਨੁਸਾਰ ਚਾਲੂ ਸਾਲ ਵਿੱਚ ਬੀਤੇ ਸਾਲ ਨਾਲੋਂ ਜ਼ਿਆਦਾ ਡਰੱਗ ਲੈਬਸ ਫੜੀਆਂ ਗਈਆਂ ਨੇ। ਸਾਲ 2012 ਅਜੇ ਅੱਧਾ ਕੁ ਬੀਤਿਆ ਅਤੇ ਵੱਖ ਵੱਖ ਘਟਨਾਵਾਂ ਦੌਰਾਨ ਟੋਰਾਂਟੋ ਸ਼ਹਿਰ ਵਿੱਚ 26 ਕਤਲ ਹੋ ਚੁੱਕੇ ਨੇ। ਈਟੋਬੀਕੋ ਵਿੱਚ ਵਾਪਰੀ ਤਾਜ਼ਾ ਘਟਨਾ 'ਚ ਮਕਤੂਲ ਨੂੰ ਅਗਵਾ ਕਰਕੇ ਰੱਖਣ ਤੋਂ ਕਈ ਘੰਟਿਆਂ ਬਾਅਦ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਹਾਈਵੇ 427 ਅਤੇ ਬਰਨਹਮ ਥੌਰਪ ਰੋਡ ਇਲਾਕੇ ਵਿੱਚ ਇਸ ਕਤਲ ਦੀ ਬੀਤੇ ਕੱਲ੍ਹ ਸਾਰਾ ਦਿਨ ਪੁਲਿਸ ਵੱਲੋਂ ਜਾਂਚ ਜਾਰੀ ਰਹੀ। ਇੱਕ ਖਬਰ ਅਨੁਸਾਰ ਨੌਰਥ ਯਾਰਕ ਵਿੱਚ ਬੀਤੇ ਕੱਲ੍ਹ 2 ਹਥਿਆਰਬੰਦ ਬੰਦੇ ਪੁਲਿਸ ਨੂੰ ਚਕਮਾ ਦੇ ਕੇ ਨੱਸਣ ਵਿੱਚ ਕਾਮਯਾਬ ਰਹੇ। ਯੰਗ ਸਟਰੀਟ ਅਤੇ ਸ਼ੈਪਰਡ ਐਵੀਨਿਊ ਲਾਗੇ ਦੋਵੇਂ ਸ਼ੱਕੀ ਪੁਲਿਸ ਦੇ ਘੇਰੇ ਵਿੱਚ ਤਾਂ ਆ ਗਏ ਸਨ ਪਰ ਅਫਸਰਾਂ ਨੂੰ ਦਲੀਲਾਂ ਦਿੰਦਿਆਂ ਉਹ ਪੁਲਿਸ ਦੀ ਗ੍ਰਿਫਤ ਵਿੱਚੋਂ ਨਿਕਲ ਗਏ। ਟੋਰਾਂਟੋ ਦੇ ਸਿੱਖ ਚਿਲਡਰਨਜ਼ ਹਸਪੀਟਲ ਵਿੱਚ ਇੱਕ 10 ਕੁ ਸਾਲਾ ਲੜਕਾ ਦਾਖਲ ਕਰਵਾਇਆ ਗਿਆ ਜੋ ਕਿ ਪੂਲ ਵਿੱਚ ਨਹਾਉਂਦਿਆਂ ਡੁੱਬਣ ਤੋਂ ਮਸਾਂ ਬਚਿਆ। ਪਤਾ ਲੱਗਾ ਕਿ ਘਰ ਦੇ ਬਾਹਰ ਬਣੇ ਪੂਲ ਵਿੱਚ ਤੈਰਦਿਆਂ ਇਸ ਲੜਕੇ ਨੇ ਕਈ ਵਾਰ ਚੁੱਭੀਆਂ ਮਾਰੀਆਂ ਜੋ ਉਸ ਲਈ ਜਾਨਲੇਵਾ ਸਾਬਤ ਹੋਈਆਂ। ਕੈਨੇਡਾ ਭਰ ਵਿੱਚ ਕੀਤੇ ਗਏ ਇੱਕ ਸਰਵੇਖਣ ਮੁਤਾਬਕ ਬਹੁਗਿਣਤੀ ਲੋਕ ਕੈਨੇਡਾ ਦੇ ਅਮਰੀਕਾ ਨਾਲ ਵਪਾਰਕ ਅਤੇ ਰਾਜਨੀਤਿਕ ਸੰਬੰਧਾਂ ਤੋਂ ਸੰਤੁਸ਼ਟ ਨੇ ਅਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ਅਮਰੀਕਾ ਨਾਲ ਕੈਨੇਡਾ ਦੇ ਰਿਸ਼ਤੇ ਵਿਗੜਨ ਨਹੀਂ ਦੇ ਰਹੀ ਹੈ। ਇਸ ਤੋਂ ਇਲਾਵਾ ਕੈਨੇਡਾ ਵਿੱਚ ਭਾਰਤ, ਚੀਨ, ਦੱਖਣੀ ਕੋਰੀਆ ਅਤੇ ਕੁਝ ਹੋਰ ਏਸ਼ੀਅਨ ਦੇਸ਼ਾਂ ਨਾਲ ਵਧਾਈ ਜਾ ਰਹੀ ਨੇੜਤਾ ਤੋਂ ਵੀ ਕੈਨੇਡਾ ਦੇ ਲੋਕ ਸੰਤੁਸ਼ਟ ਨੇ। ਇਸੇ ਤਰ੍ਹਾਂ ਬਹੁਗਿਣਤੀ ਕੈਨੇਡਾ ਵਾਸੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਕੈਨੇਡਾ ਬਾਰੇ ਅਪਣਾਈ ਗਈ ਵਿਦੇਸ਼ ਨੀਤੀ ਤੋਂ ਵੀ ਖੁਸ਼ ਨੇ ਕਿਉਂਕਿ ਕੈਨੇਡਾ ਦਾ ਕੱਚਾ ਮਾਲ ਏਸ਼ੀਅਨ ਦੇਸ਼ਾਂ ਵਿੱਚ ਵਿਕਣ ਨਾਲ ਦੇਸ਼ ਨੂੰ ਜ਼ਿਆਦਾ ਤਾਂ ਮੁਨਾਫਾ ਹੋਏਗਾ ਹੀ ਲੇਕਿਨ ਗੁਆਂਢੀ ਦੇਸ਼ ਅਮਰੀਕਾ ਨਾਲ ਵੀ ਸੰਬੰਧ ਚੰਗੇ ਹੋਣਗੇ। ਹਾਂਗਕਾਂਗ ਵਿੱਚ ਪੁਲਿਸ ਵੱਲੋਂ ਇੱਕ ਟਰੱਕ ਵਿੱਚੋਂ 650 ਕਿਲੋ ਕੋਕੀਨ ਪਕੜੀ ਗਈ ਹੈ ਅਤੇ 3 ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ।
ਇਹ ਨਸ਼ੀਲਾ ਪਦਾਰਥ ਇਕਵਾਡੋਰ ਤੋਂ ਸ਼ਿਪ ਰਾਹੀਂ ਹਾਂਗਕਾਂਗ ਪਹੁੰਚਾਇਆ ਗਿਆ ਸੀ ਪਰ ਅਮਰੀਕੀ ਖੁਫੀਆ ਵਿਭਾਗ ਦੀ ਚੌਕਸੀ ਕਾਰਨ ਹਾਂਗਕਾਂਗ ਦੀ ਪੁਲਿਸ ਨੇ ਨਾਕਾ ਲਗਾ ਕੇ ਟਰੱਕ ਕਬਜ਼ੇ ਵਿੱਚ ਲਿਆ ਹੈ। ਹਾਂਗਕਾਂਗ ਵਿੱਚ ਨਸ਼ੇ ਦੇ ਸਮਗਲਰਾਂ ਨੂੰ ਮੌਤ ਦੀ ਸਜ਼ਾ ਮਿਲਦੀ ਹੈ। ਅਮਰੀਕਾ ਅਤੇ ਕੈਨੇਡਾ ਵਿੱਚ ਨੌਕਰੀਆਂ ਨਿਕਲਣ ਨਾਲ ਬੇਰੋਜ਼ਗਾਰੀ ਘਟ ਰਹੀ ਹੈ ਤੇ ਤਾਜ਼ਾ ਰਿਪੋਰਟ ਅਨੁਸਾਰ ਕੈਨੇਡਾ ਵਿੱਚ 7.2 ਅਤੇ ਅਮਰੀਕਾ ਵਿੱਚ 8.2% ਲੋਕ ਬੇਰੋਜ਼ਗਾਰ ਨੇ। ਟੋਰਾਂਟੋ ਇਲਾਕੇ ਦੇ ਪੈਟਰੋਲ ਪੰਪਾਂ ਤੇ 1 ਲੀਟਰ ਪੈਟਰੋਲ ਇਨੀ ਦਿਨੀ $25 ਦਾ ਵਿਕ ਰਿਹਾ ਤੇ ਪੈਟਰੋਲ ਅਜੇ ਹੋਰ ਮਹਿੰਗਾ ਹੋਣ ਦੀ ਸੰਭਾਵਨਾ ਹੈ। ਹੁਣ ਗੱਲ ਕਰਦੇ ਹਾਂ ਮੌਸਮ ਦੀ। ਟੋਰਾਂਟੋ ਇਲਾਕੇ ਵਿੱਚ ਬੀਤੇ ਦਿਨਾਂ ਦੇ ਮੁਕਾਬਲੇ ਅੱਜ ਸਭ ਤੋਂ ਗਰਮ ਦਿਨ ਰਿਹਾ ਤੇ ਹਵਾ ਦੀ ਨਮੀ ਕਾਰਨ ਓਨਟੈਰੀਓ ਦੇ ਖਾਸ ਤੌਰ ਤੇ ਦੱਖਣੀ ਇਲਾਕਿਆਂ ਵਿੱਚ ਤਾਪਮਾਨ 44 ਡਿਗਰੀ ਸੈਂਟੀਗ੍ਰੇਡ ਤੱਕ ਮਹਿਸੂਸ ਕੀਤਾ ਗਿਆ। ਵਿੰਡਸਰ ਸ਼ਹਿਰ ਵਿੱਚ ਸਭ ਤੋਂ ਜ਼ਿਆਦਾ ਗਰਮੀ ਰਹੀ ਅਤੇ ਅਗਲੇ 2 ਦਿਨਾਂ ਵਿੱਚ ਗਰਮੀ ਕੁਝ ਘਟਣ ਦਾ ਅੰਦਾਜ਼ ਹੈ ਕਿਉਂਕਿ ਬੱਦਲਬਾਈ ਨਾਲ ਕਈ ਥਾਵਾਂ 'ਤੇ ਵਰਖਾ ਹੋਣ ਦੀ ਸੰਭਾਵਨਾ ਹੈ। ਟੋਰਾਂਟੋ ਇਲਾਕੇ ਵਿੱਚ ਸੂਰਜ ਹੁਣ ਸਵੇਰ ਵੇਲੇ 6:45 ਨਿਕਲਦਾ ਅਤੇ ਰਾਤ ਸਮੇਂ 9:00 ਅਸਤ ਹੋ ਜਾਂਦਾ ਹੈ। ਭਾਰਤ ਵਿੱਚ ਪੰਜਾਬ ਸਮੇਤ ਕਈ ਖੇਤਰਾਂ ਵਿੱਚ ਮੀਂਹ ਪੈਣ ਨਾਲ ਜਲਥਲ ਹੋ ਗਿਆ। ਜਲੰਧਰ ਦੇ ਕਈ ਇਲਾਕਿਆਂ ਵਿੱਚ ਸੀਵਰੇਜ ਜਾਮ ਹੋਣ ਦੀਆਂ ਖਬਰਾਂ ਨੇ ਪਰ ਬਾਰਿਸ਼ ਮਗਰੋਂ ਵੀ ਗਰਮੀ ਕੁਝ ਘਟੀ ਜ਼ਰੂਰ ਹੈ। ਅਜੇ ਵੀ ਤਾਪਮਾਨ 37 ਡਿਗਰੀ ਸੈਂਟੀਗ੍ਰੇਡ ਦੇ ਆਸ ਪਾਸ ਰਹਿ ਰਿਹਾ। ਜੁੜੇ ਹੋਏ ਸੀ ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਨਾਲ। ਇਸ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੈ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।